ਅੰਦਰੋਂ ਬਹੁਤ ਹੀ ਵਧੀਆ ਲੱਗਿਆ ਵੀ ਦੇਖ ਕੇ। ਇਹ ਰਸਤਾ ਤੁਸੀਂ ਉਹੀ ਦੇਖ ਰਹੇ ਹੋ ਜਿੱਥੇ ਕੁਛ ਮਹੀਨੇ ਕੁਛ ਦਿਨ ਪਹਿਲਾਂ ਬਾਬਾ ਜੀ ਆਏ ਸੀ, ਸੇਮ ਆਹੀ ਰਸਤੇ 'ਤੇ ਗਏ ਸੀ। ਇਹ ਰੂਟ ਸਿੱਧਾ ਜਾਂਦਾ ਉੱਧਰ ਨੂੰ ਕਾਨਾ ਡੇਸੀਆਂ ਨੂੰ ਜੰਡਿਆਲਾ। ਰੂਟ ਦੇਖੋ ਕਿੰਨਾ ਵਧੀਆ ਵਾ, ਸ਼ਾਂਤੀ ਵਾਲਾ ਵਾ। ਆਸ ਪਾਸ ਪਿੰਡ ਨੇ, ਪਿੰਡ ਆਉਂਦੇ ਰਹਿੰਦੇ ਆ ਵਿੱਚ ਵਿੱਚ। ਇਕੱਲਾ ਹੀ ਅੱਜ ਮੈਂ। ਹਾਂਜੀ ਦੋਸਤੋ, ਵੈਲਕਮ ਬੈਕ ਟੂ ਸਿੰਘ ਵਲੌਗਸ। ਕੀ ਹਾਲ ਚਾਲ ਸਾਰਿਆਂ ਦਾ? ਕਾਫੀ ਦਿਨਾਂ ਬਾਅਦ ਅੱਜ ਫਿਰ ਇੱਕ ਆਪਾਂ ਲੋਕੇਸ਼ਨ ਦਾ ਵਲੌਗ ਬਣਾਉਣ ਲੱਗੇ ਹਾਂ। ਕਾਫੀ ਦੋਸਤਾਂ ਨੇ ਕਿਹਾ ਸੀ ਕਿ ਕਾਫੀ ਟਾਈਮ ਹੋ ਗਿਆ। ਉਹ ਤੁਹਾਨੂੰ ਪਤਾ ਕਈ ਵਾਰ ਮਨ ਕਰਦਾ ਨਹੀਂ ਹੁੰਦਾ, ਜਦ ਮਨ ਕਰਦਾ ਫਿਰ ਹੀ ਮੈਂ ਜਾਂਦਾ ਹੁੰਦਾ, ਪੁਰਾਣੇ ਦੋਸਤਾਂ ਨੂੰ ਪਤਾ। ਤਾਂ ਅੱਜ ਆਪਾਂ ਇਹ ਵਾਲਾ ਵਲੌਗ ਹੈਗਾ ਵਾ, ਕੁਛ ਦਿਨ ਪਹਿਲਾਂ ਬਾਬਾ ਜੀ ਇੱਕ ਜਗ੍ਹਾ 'ਤੇ ਆਏ ਸੀਗੇ, ਕਾਨਾ ਡੇਸੀਆਂ। ਤੁਹਾਨੂੰ ਯਾਦ ਹੋਣਾ, ਵੀਡੀਓ ਵੀ ਵਾਇਰਲ ਹੋਈ ਸੀਗੀ, ਨਿਊਜ਼ ਵੀ। ਅਤੇ ਉੱਥੇ ਅੱਜ ਆਪਾਂ ਚੱਲੇ ਹਾਂ। ਉੱਥੇ ਵੀ ਇੱਕ ਡੇਰਾ ਵਾ, ਉੱਥੇ ਵੀ ਕੋਈ ਸੰਤ ਨੇ। ਬਾਕੀ ਦੀ ਸਟੋਰੀ ਮੈਂ ਤੁਹਾਨੂੰ ਦੱਸੂਗਾ ਉੱਥੇ ਜਾ ਕੇ, ਅਤੇ ਜੇ ਹੋ ਸਕਿਆ ਕਿਸੇ ਨਾਲ ਗੱਲ ਵੀ ਕਰਾਵਾਂਗੇ ਦੋਸਤੋ। ਅਤੇ ਪੂਰੀ ਤਿਆਰੀ ਨਾਲ ਅੱਜ ਆਪਾਂ ਜਾ ਰਹੇ ਹਾਂ, ਫਿਰ ਪੂਰੇ ਫੀਲਿੰਗ ਨਾਲ। ਤਾਂ ਦੇਖਿਓ ਫਿਰ, ਅਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ। ਬਾਬਾ ਜੀ ਦੋਸਤੋ ਉੱਥੇ ਪਹਿਲਾਂ ਵੀ ਆ ਚੁੱਕੇ ਨੇ, ਮਤਲਬ ਦੋ ਵਾਰ ਤਾਂ ਕਨਫਰਮ ਆ, ਬਾਕੀ ਇਸ ਤੋਂ ਜ਼ਿਆਦਾ ਵਾਰ ਵੀ ਹੋ ਸਕਦਾ ਕਿ ਉੱਥੇ ਆਏ ਹੋਣ। ਠੀਕ ਆ ਜੀ, ਜੰਡਿਆਲਾ ਇੱਥੋਂ ਤੁਸੀਂ ਦੇਖ ਸਕਦੇ ਹੋ 5 ਕਿਲੋਮੀਟਰ ਹੈ। ਤਾਂ ਜੀ ਇੱਥੋਂ ਦੇ ਕਿਹੜੇ, ਇਹ ਕੀ ਲਿਖਿਆ ਕੰਗਣੀਵਾਲ, ਇੱਥੋਂ ਦੇ ਕਿਹੜੇ ਕਿਹੜੇ ਦੋਸਤ ਨੇ ਦੱਸ ਸਕਦਾ ਜੀ ਕਮੈਂਟ ਕਰਕੇ? ਮੈਂ ਕਿਹਾ ਫਿਲਹਾਲ ਤੁਹਾਨੂੰ ਇਹ ਵਿਊਜ਼ ਦਿਖਾਏ ਜਾਣ। ਰੂਟਸ ਬਹੁਤ ਵਧੀਆ ਲੱਗਦੇ ਆ ਮੈਨੂੰ। ਆਹੀ ਰਸਤੇ 'ਚੋਂ ਬਾਬਾ ਜੀ ਕੁਛ ਦਿਨ ਪਹਿਲਾਂ ਗਏ ਸੀ, ਕਾਨਾ ਡੇਸੀਆਂ। ਜਿਨ੍ਹਾਂ ਨੇ ਦਰਸ਼ਨ ਕੀਤੇ ਸੀ ਉਹ ਵੀ ਦੱਸ ਸਕਦਾ। ਰੂਟ ਦੇਖੋ, ਵਾਓ ਕਿੰਨਾ ਵਧੀਆ, ਦਰੱਖਤ, ਸੀਨਰੀ, ਨੇਚਰ। ਜਿਹੜੇ ਤਾਂ ਨੇਚਰ ਲਵਰ ਨੇ ਉਹਨਾਂ ਨੂੰ ਬਹੁਤ ਪਸੰਦ ਆਊਗਾ। ਤੁਹਾਨੂੰ ਪਤਾ ਦੋਸਤੋ, ਪੁਰਾਣੇ ਦੋਸਤਾਂ ਨੂੰ ਪਤਾ ਕਿ ਪੂਰੀ ਫੀਲਿੰਗ ਨਾਲ ਹੀ ਆਪਾਂ ਜਾਂਦੇ ਹੁੰਦੇ ਹਾਂ। ਕਈ ਦਿਨਾਂ ਦਾ ਮਨ ਤਾਂ ਕਰ ਰਿਹਾ ਸੀ ਲੇਕਿਨ ਕੁਛ ਰੀਜ਼ਨ ਕਰਕੇ ਜਾ ਨਹੀਂ ਸੀ ਪਾ ਰਿਹਾ। ਇਹ ਕੀ ਆ, ਰਿਸੋਰਟ ਆ, ਕੋਈ ਰਿਸੋਰਟ। ਮੈਪ ਤਾਂ ਲਾਇਆ ਹੋਇਆ ਜੀ, ਬਾਕੀ ਹੋਰ ਟਰਨ ਲੈ ਕੇ ਹੋਰ ਵੀ ਰੋਡ ਵਧੀਆ ਆ ਗਈ ਖੇਤਾਂ ਦੇ ਵਿੱਚ। ਰਹਿ ਗਿਆ ਮੇਰੇ ਖਿਆਲ ਨਾਲ ਕੁਛ ਮਿੰਟ ਦਾ ਰਸਤਾ। ਦਰੱਖਤ ਕਿੰਨਾ ਵਧੀਆ, ਨੇਚਰ ਦਾ ਦੋਸਤੋ ਮੇਰਾ ਸ਼ਾਇਦ ਆ, ਲੇਕਿਨ ਫਿਰ ਵੀ ਕੋਸ਼ਿਸ਼ ਕਰੂੰਗਾ ਕਿਸੇ ਨੂੰ ਕਹਿਣ ਦੀ, ਇੰਟਰਵਿਊ ਜਾਂ ਕੁਛ ਜਿਹੜਾ ਹੋਰ ਐਕਸਪਲੇਨ ਕਰ ਸਕੇ, ਦੱਸ ਸਕੇ ਬਾਬਾ ਜੀ ਬਾਰੇ ਕੁਛ।
ਤੇ ਦੋਸਤੋ ਤੁਹਾਨੂੰ ਪਤਾ ਮਾਹੌਲ ਬਣਦਾ ਹੁੰਦਾ ਇਹ ਜੀ ਵੀਡੀਓਜ਼ ਨਾਲ, ਅਤੇ ਨਾਲ ਨਾਲ ਮੈਂ ਇਹ ਕਹੂੰਗਾ ਕਿ ਆਪਾਂ ਜਿਵੇਂ ਸਪੋਜ਼ 20 ਮਿੰਟ ਦੀ ਵੀਡੀਓ ਆ, ਆਪਾਂ ਨਾਲ ਨਾਲ ਸਿਮਰਨ ਵੀ ਕਰ ਸਕਦੇ ਹਾਂ ਕਮ ਸੇ ਕਮ 20 ਮਿੰਟ ਤਾਂ, ਉਹ ਫੀਲਿੰਗ ਜਦ ਆਉਂਦੀ ਆ ਉਹ ਕੁਆਲਿਟੀ ਦਾ ਸਿਮਰਨ ਹੋ ਸਕਦਾ ਸਾਡੇ ਤੋਂ। ਅਤੇ ਉਹ ਫਿਰ ਬੜੇ ਹਜ਼ੂਰ ਮਹਾਰਾਜ ਜੀ ਕਿਹਾ ਕਰਦੇ ਸੀ ਜੇ 2 ਮਿੰਟ ਵੀ ਅਸੀਂ ਪੂਰੇ ਕੁਆਲਿਟੀ ਵਾਲਾ ਸਿਮਰਨ ਮਤਲਬ ਉੱਦਾਂ ਦਾ ਕਰੀਏ ਤਾਂ ਉਹ 2 ਘੰਟੇ ਦੇ ਬਰਾਬਰ ਹੁੰਦਾ। ਤਾਂ ਆਈ ਹੋਪ, ਤਾਂ ਹੁਣ ਦਿਖਾਉਂਦੇ ਹਾਂ ਅੱਗੇ ਤੁਹਾਨੂੰ। ਬਾਕੀ ਦੋਸਤੋ ਇਹ ਜੋ ਟੈਟੂ ਦੇਖ ਰਿਹਾ ਇਹਦਾ ਮੈਨੂੰ ਬਹੁਤ ਅਫਸੋਸ ਹੋਇਆ ਸੀਗਾ, ਸਾਲ ਪੁਰਾਣੀ ਗੱਲ ਆ ਇਹ, ਮੈਂ ਬਣਾਉਣਾ ਨਹੀਂ ਸੀ ਪਰ ਕੁਛ ਦੋਸਤਾਂ ਦੇ ਮਗਰ ਲੱਗ ਕੇ ਬਣਾਇਆ ਵਾ, ਇੱਕ ਦੋ ਦੋਸਤਾਂ ਨੇ ਮੈਨੂੰ ਕਿਹਾ ਵੀ ਸੀ, ਤਾਂ ਇਹ ਮੈਂ ਕਲੀਅਰ ਕਰ ਦੇਵਾਂ ਕਿ ਦੋਸਤੋ ਦੇ ਇੱਕ ਤਾਂ ਗੱਲ ਹੈਗੀ ਆ, ਚਲੋ ਮੈਂ ਮਤਲਬ ਸਿੰਗਲ ਹਾਂ ਹੈ ਨਾ, ਦੂਜੀ ਗੱਲ ਇਹ ਮਤਲਬ ਗਲਤੀ ਹੋ ਗਈ ਮੇਰੇ ਤੋਂ ਸਾਲ ਪਹਿਲਾਂ, ਮੁੜ ਕੇ ਮੈਨੂੰ ਅਫਸੋਸ ਬਹੁਤ ਹੋਇਆ ਸੀ ਇਹ ਟੈਟੂ ਦਾ, ਅਫਸੋਸ ਅੱਜ ਤੱਕ ਹੋਇਆ। ਮੈਂ ਮਿਟਾਉਣਾ ਚਾਹ ਰਿਹਾ ਸੀ ਲੇਕਿਨ ਉਹ ਮਸ਼ੀਨ ਆ ਉਹਦੇ ਨਾਲ ਬਹੁਤ ਪੇਨ ਹੁੰਦਾ, ਚਲੋ ਗਲਤੀ ਨਾਲ ਬਣ ਗਏ, ਮੈਂ ਇਹਨੂੰ ਲੁਕਾਉਣ ਦੀ ਬਹੁਤ ਖੁਸ਼ੀ ਕਰਦਾ ਹੁੰਦਾ। ਕੁਛ ਦੋਸਤ ਨੇ ਮੈਨੂੰ ਕਿਹਾ ਸੀਗਾ ਇੱਕ ਦੋ ਨੇ ਟੈਟੂ ਬਾਰੇ, ਤਾਂ ਮੈਂ ਇਹ ਤੁਹਾਨੂੰ ਕਿਹਾ ਇਹ ਗੱਲ, ਪਰ ਇਹਨੂੰ ਮਿਟਾਊਂਗਾ ਮੈਂ ਜਲਦੀ, ਉਹ ਮਸ਼ੀਨ ਆ ਪੇਨ ਬਹੁਤ ਹੁੰਦੀ ਹੈ। ਤੁਹਾਨੂੰ ਪਤਾ ਦੋਸਤਾਂ ਨੂੰ ਦੇਖ ਦੇਖ ਕੇ ਬਸ 2 ਦਿਨ ਦਾ ਸ਼ੌਂਕ ਹੁੰਦਾ, ਉਹ ਦੇਖ ਕੇ ਤਾਂ ਵਧੀਆ ਲੱਗਦਾ ਨਾ, ਉਹ ਰੀਲਾਂ ਭੇਜ ਦਿੰਦੇ ਨੇ, ਫਿਰ ਮੈਂ ਕਿਹਾ ਚੱਲ ਇੱਕ ਅੱਧਾ ਬਣਾ ਲਈਏ, ਫਿਰ ਇੱਕ ਬਣਾ ਲਿਆ, 2 ਬਣਾ ਲਿਆ, ਅਤੇ ਉਸ ਕਰਕੇ ਮੈਂ ਪਛਤਾਇਆ ਬਹੁਤ ਟੈਟੂ ਕਰਕੇ, ਮੈਂ ਕਿਹਾ ਕਿੱਥੇ ਬਣਾ ਲਿਆ ਐਵੇਂ। In 600 meters, turn left onto Jundiala. ਏਕਮਕਾਰ ਲਿਖਾਇਆ ਪਹਿਲਾਂ, ਫਗਵਾਰਾ ਰੋਡ, ਏਕਮਕਾਰ ਲਿਖਾਇਆ, ਸਿੰਗਲ ਲਿਖਾਇਆ, ਮਤਲਬ ਉੱਦਾਂ ਦਾ, ਫਿਰ ਮੁੜ ਕੇ ਫਿਰ ਬਾਜ ਲਿਖਾ ਲਿਆ, ਬਾਜ ਮਤਲਬ ਜਿਵੇਂ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਹੁੰਦਾ ਸੀ। ਅਤੇ ਟੈਟੂ ਤਾਂ ਵਧੀਆ ਬਣਾਏ ਨੇ, ਕੋਈ ਮਾੜੇ ਨਹੀਂ, ਇਹ ਖੰਡਾ ਵਾ, ਲੇਕਿਨ ਜ਼ਿਆਦਾ ਹੋ ਗਿਆ ਵਧੀਆ ਨਹੀਂ ਲੱਗਦਾ ਦੋਸਤੋ। ਫਿਰ ਚਲੋ ਕੋਈ ਨਹੀਂ, ਬਣ ਗਏ ਬਣ ਗਏ, ਮੈਂ ਥੋੜ੍ਹਾ ਕਲੀਅਰ ਕਰਨਾ ਚਾਹਿਆ ਕਿਉਂਕਿ ਸਹੀ ਨਹੀਂ ਲੱਗਦਾ ਐਵੇਂ ਟੈਟੂ ਜੇ ਕੱਲ ਕੱਲ ਉਹਨੂੰ ਜੇ ਮੌਕਾ ਮਿਲੇ ਬਾਬਾ ਜੀ ਕੋਲ ਖੜਨ ਦਾ, ਮਤਲਬ ਕਹਿੰਦਾ ਮਤਲਬ ਕਿ ਸਾਹਮਣੇ ਹੋਈਏ ਬਾਬਾ ਜੀ ਜੇ ਨਜ਼ਰ ਪੈ ਗਈ ਤਾਂ ਕਹਿਣਗੇ ਆਹ ਕੀ ਯਾਰ, ਕਿਉਂਕਿ ਜਿੱਦਾਂ ਮੈਂ ਮਤਲਬ ਤਾਂ ਕਹਿ ਰਿਹਾ ਕਿ ਜਿਵੇਂ ਕਈ ਵਾਰ ਦਰਸ਼ਨ ਹੁੰਦੇ ਆ ਡੇਰਾ ਬੈਸ ਕੋਲੋਂ ਹੋ ਜਾਂਦੇ ਆ, ਤਾਂ ਉੱਦਾਂ ਚਲੋ ਮਨ 'ਚ ਸੋਚ ਆ ਗਈ ਸੀ ਮੇਰੇ, ਤਾਂ ਇਹ ਗੱਲ ਆ। ਹੁਣ ਪਿੰਡ ਕਿਸੇ ਪਿੰਡ 'ਚ ਪਹੁੰਚ ਗਏ ਦੋਸਤੋ ਆਪਾਂ, ਵੈਸੇ ਕੋਈ ਫਾਲਤੂ ਟੈਟੂ ਨਹੀਂ ਹੈਗੇ ਦੋਸਤੋ, ਦੇਖੋ ਮਤਲਬ ਪਰਮਾਰਥੀ ਜਿਹਦਾ ਜਿਹੜੇ ਜੋ ਸਾਡੇ ਧਰਮ ਦੇ ਨਾਲ ਜੁੜੀ ਹੋਈਆਂ ਚੀਜ਼ਾਂ ਨੇ ਉਹਦੇ ਰਿਗਾਰਡਿੰਗ ਰਿਲੇਟਿਡ ਟੈਟੂ ਨੇ, ਖੰਡਾ ਸਿੰਘ ਲਿਖਾਇਆ, ਫੇਥ ਲਿਖਾਇਆ, ਜਿਹਨੂੰ ਦੇਖੇ ਕੁਛ ਯਾਦ ਆਉਂਦਾ ਰਹੇ, ਇੱਕ ਮੋਟੀਵੇਸ਼ਨ ਬਣਦੀ ਰਹੇ ਨਾ ਬਸ ਉਹ, ਪਰ ਉਹ ਵੀ ਜ਼ਿਆਦਾ ਹੋ ਗਿਆ ਤੇ ਫਿਰ ਚਲੋ ਕੋਈ ਗੱਲ ਨਹੀਂ। ਮੈਨੂੰ ਦੋ ਦੋਸਤਾਂ ਨੇ ਕਿਹਾ ਸੀ ਤਾਂ ਮੈਂ ਹਾਈਲਾਈਟ ਕੀਤਾ, ਮਤਲਬ ਤਾਂ ਇਹ ਗੱਲ ਕਹੀ ਹੈ ਟੈਟੂ ਵਾਲੀ। ਅਤੇ ਦੂਜੀ ਗੱਲ ਦੋਸਤੋ ਦੇਖੋ, ਜਿਹੜਾ ਸਿੰਗਲ, ਇਹ ਕਹਿਣੀ ਪੈ ਰਹੀ ਹੈ ਗੱਲ ਮੈਨੂੰ, ਜਿਹੜਾ ਸਿੰਗਲ ਬੰਦਾ ਹੁੰਦਾ ਉਹ ਫਿਰ ਕਈ ਵਾਰ ਉਹਦੇ ਵਾਸਤੇ ਮਤਲਬ ਕੁਛ ਉਹਦੇ ਗੁਨਾਹ ਕੁਛ ਮਾਫ ਨੇ ਇੱਦਾਂ ਦੇ, ਉਹਦਾ ਧਿਆਨ ਜਾ ਸਕਦਾ। ਅਤੇ ਚਲੋ ਕੋਈ ਨਹੀਂ, ਅਤੇ ਗੱਲ ਹੁੰਦੀ ਹੈ ਇੰਟੈਂਸ਼ਨ ਦੀ ਹੈ ਨਾ, ਇਹ ਵੀ ਗੱਲ ਆ, ਇੰਟੈਂਸ਼ਨ ਦੀ ਵੀ ਗੱਲ ਹੁੰਦੀ ਹੈ, ਕੋਈ ਮੇਰੀ ਇੱਦਾਂ ਦੀ ਇੰਟੈਂਸ਼ਨ ਨਹੀਂ ਕਿ ਮੈਂ ਐਂ ਕਰਾਂ ਸ਼ੋਅ ਆਫ ਕਰਾਂ ਜਾਂ ਇਹ ਕਰਾਂ, ਇਹ ਤੁਸੀਂ ਅੱਜ ਤੱਕ ਵੀਡੀਓ 'ਚ ਮੇਰੇ ਕਿਤੇ ਦੇਖਿਆ ਇੱਦਾਂ ਦੀ ਕੋਈ ਗੱਲ, ਇਹੋ ਜਿਹੇ ਆਪਾਂ ਨਹੀਂ ਹੈਗੇ। ਲੇਕਿਨ ਇਹਦਾ ਮੈਸੇਜ ਜਾਂਦਾ ਕਿ ਜਿਵੇਂ ਜਿਹਨੂੰ ਨਹੀਂ ਪਤਾ ਉਹ ਟੈਟੂ ਬਾਰੇ, ਉਹ ਸਮਝੂਗਾ ਪਤਾ ਨਹੀਂ ਕਿਹੜੇ ਟੈਟੂ ਬਣਾਏ ਨੇ ਇਹਨੇ। ਅਤੇ ਮਤਲਬ ਇੰਟੈਂਸ਼ਨ ਵਧੀਆ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਇੰਟੈਂਸ਼ਨ, ਦੇਖੋ ਤੁਹਾਨੂੰ ਪਤਾ ਲੱਗਦੀ ਆ ਜੋ ਸਾਡਾ ਰਿਲੀਜਨ ਹੈਗਾ ਸਿੱਖ ਰਿਲੀਜਨ ਉਹਦੇ ਰਿਗਾਰਡਿੰਗ ਟੈਟੂ ਨੇ, ਅਤੇ ਕੁਛ ਇੱਦਾਂ ਦੀ ਗਲਤ ਇੰਟੈਂਸ਼ਨ ਨਹੀਂ ਸੀ ਪਰ ਜ਼ਿਆਦਾ ਹੋ ਗਿਆ ਮੈਂ ਕਹਿੰਦਾ ਜ਼ਰੂਰ, ਉਹਦੇ ਵਾਸਤੇ ਸੋਰੀ ਬਈ, ਤੁਹਾਨੂੰ ਵੀਡੀਓ ਵਿੱਚ ਦੇਖਣੇ ਪੈ ਰਹੇ ਨੇ, ਰੀਅਲੀ ਸੋਰੀ ਫੋਰ ਡੈਟ। ਤਾਂ ਇਹ ਕਿਸੇ ਪਿੰਡ ਵਿੱਚ ਆ ਜੀ ਆਪਾਂ, ਬਹੁਤ ਸਾਫ਼ ਸੁਥਰਾ ਵਧੀਆ ਪਿੰਡ ਆ, ਕਿਸੇ ਨਾਮ ਪਿੰਡ ਦੇ ਨਾਮ ਉੱਤੇ ਧਿਆਨ ਨਹੀਂ ਜਾਂਦਾ, ਜੇ ਦੇਖ ਲਿਆ ਉਹ ਗੱਲ ਅਲੱਗ ਆ, ਪਰ ਕੁਛ ਦੂਰੀ 'ਤੇ ਆ, ਲੋਕੇਸ਼ਨ ਲਾਈ ਹੋਈ ਆਪਾਂ ਨੇ।
ਕਰੂੰਗਾ ਦੋਸਤੋ ਮੈਂ ਗੱਲ ਕਰਾਉਣ ਦੀ, ਕਿਸੇ ਨੂੰ ਕਹਿ ਕੇ ਦੇਖੂੰਗਾ ਇੰਟਰਵਿਊ ਟਾਈਪ। ਦੋਸਤੋ ਇੱਕ ਗੁਰਦੁਆਰਾ ਸਾਹਿਬ ਆਇਆ ਵਾ, ਮੈਨੂੰ ਹੁਣ ਜ਼ਿਆਦਾ ਪਤਾ ਤਾਂ ਹੈ ਨਹੀਂ, ਇਹ ਲਿਖਿਆ ਹੋਇਆ ਗੁਰੂ ਮੇਰੇ ਸਭ ਨਹੀਂ, ਇਹ ਤੋਂ ਪੰਗਤੀ ਹੈ। ਉਹ ਅੱਗੇ ਹੋਣਾ ਸ਼ਾਇਦ, ਇਹ ਵੀ ਇੱਕ ਗੁਰਦੁਆਰਾ, ਨਾ ਕੋਈ ਆਸ ਪਾਸ ਦੇਖ। ਦੋਸਤੋ ਗੂਗਲ ਨੇ ਪਤਾ ਕਰਾਏ, ਕਹਿੰਦੇ ਮੋੜ ਮੁੜ ਕੇ ਹੀ ਆ, ਜਿਹੜਾ ਦੋਸਤ ਆਪਣਾ ਆ ਚੁੱਕਿਆ ਵਾ ਇੱਥੇ ਉਹ ਵੀ ਦੱਸ ਸਕਦਾ ਜੀ, ਕੁਝ ਹੋਰ ਜੇ ਉਹਨੂੰ ਇਨਫੋਰਮੇਸ਼ਨ ਬਾਰੇ ਪਤਾ ਹੋਵੇ ਤਾਂ ਉਹ ਕਮੈਂਟ ਕਰਕੇ ਦੱਸ ਸਕਦਾ, ਬਟ ਜਿਹੜੀ ਦੱਸ ਸਕੇ ਉਹ। ਆਹ ਦੇਖੋ ਇਹ ਆ, ਆਹ ਮੋੜ ਮੁੜ ਕੇ ਨਾ ਆਹੀ ਆ, ਦੇਖਿਆ ਹੁਣ ਦੇਖਿਆ ਪਤਾ ਲੱਗਦਾ। ਹੁਣ ਆਪਾਂ ਜਾਵਾਂਗੇ ਜੀ ਅੰਦਰ, ਗੱਡੀ ਖੜਾ ਦਈਏ ਬਸ। ਲੋ ਵੀ ਆ ਗਏ, ਇੱਥੋਂ ਸ਼ੁਰੂ ਹੁੰਦਾ ਗੁਰਦੁਆਰਾ ਸਾਹਿਬ ਆ, ਸੰਗਤ ਵੀ ਹੈਗੀ ਉੱਥੇ। ਉਹ ਦੇਖੋ ਉਹ ਦੇਖੋ, ਬਹੁਤ ਵਧੀਆ। ਦੇਖੋ ਕਿੰਨਾ ਵੱਡਾ ਗੁਰਦੁਆਰਾ, ਉੱਥੇ ਵੀ ਇੱਕੋ ਹੀ ਹੈ। ਦੋਸਤੋ ਮੈਂ ਸੋਚਿਆ ਤੁਹਾਨੂੰ ਇੱਕ ਹੋਰ ਵਾਰ ਦਿਖਾਇਆ ਜਾਵੇ ਗੱਡੀ ਵਿੱਚੋਂ ਵੀ ਪੂਰਾ, ਤਾਂ ਇਹ ਉਹੀ ਜਗ੍ਹਾ ਜੀ ਬਾਬਾ ਜੀ ਆਏ ਸੀ, ਜਿੱਥੇ ਦੇਖ ਸਕਦੇ ਹੋ ਤੁਸੀਂ ਸੰਗਤ, ਉਦਣ ਬਹੁਤ ਸੀ ਸੰਗਤ ਅੰਦਰੋਂ ਇੱਥੇ। ਦੋਸਤੋ ਤੁਹਾਨੂੰ ਚਲੋ ਅੱਗੇ ਜਾ ਕੇ ਨਾ ਸਪੈਸ਼ਲੀ ਦੱਸਦਾ, ਅੰਦਰ ਗਿਆ ਸੀ ਮੈਂ ਆਪਣਾ ਰਿਵਿਊ ਦਊਂਗਾ। ਕਿਹਦੀ ਕਿੰਨਾ ਗੱਲ ਹੋਈ, ਫਿਲਹਾਲ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੀ, ਬਹੁਤ ਵਧੀਆ ਵਾ। ਇਹ ਵੀ ਮੇਰੇ ਖਿਆਲ ਨਾਲ ਨਾਲ ਹੀ ਹੋਣਾ, ਇੱਕੋ ਮੇਨ ਅਤੇ ਇਹ ਗੁਰਦੁਆਰਾ ਵੀ ਨਾਲ ਹੀ ਹੋਣਾ ਮੇਰੇ ਖਿਆਲ ਨਾਲ, ਸੇਵਾ ਚੱਲ ਰਹੀ ਆ, ਬਹੁਤ ਹੀ ਵਧੀਆ ਲੱਗਿਆ ਵੀ ਦੇਖ ਕੇ। ਤੁਸੀਂ ਦੇਖ ਸਕਦੇ ਹੋ, ਦਰਸ਼ਨ ਕਰ ਸਕਦੇ ਹੋ ਜੋੜਾ ਘਰ ਜੀ। ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ, ਅੰਦਰ ਲੈ ਕੇ ਜਾ ਨਹੀਂ ਸਕਦੇ। ਅਤੇ ਫਿਲਹਾਲ ਇਹ ਪਿੰਡ ਆ, ਇਹ ਤੁਸੀਂ ਦੇਖ ਸਕਦੇ ਹੋ, ਕਿੱਦੋਂ ਨੂੰ ਜਾਈਏ ਆਪਾਂ, ਟਰੱਕ ਦੇ ਪਿੱਛੇ ਚੱਲਦੇ ਹਾਂ, ਇਹ ਚੌਂਕ ਆ ਗਿਆ। ਬਾਬਾ ਗੁਰਮੇਲ ਸਿੰਘ ਜੀ, ਇਹ ਹੋਸਪਿਟਲ ਲੱਗਦਾ ਕੋਈ, ਅਤੇ ਇਹ ਆ ਗੁਰਦੁਆਰਾ ਸਾਹਿਬ, ਇੱਥੋਂ ਵੀ ਤੁਸੀਂ ਦੇਖ ਸਕਦੇ ਹੋ। ਮੈਂ ਪੁੱਛਣਾ ਚਾਹੂੰਗਾ ਦੋਸਤੋ ਕਿ ਇਹ ਗੁਰਦੁਆਰਾ ਸਾਹਿਬ ਅਲੱਗ ਆ ਅਤੇ ਉਹ ਅਲੱਗ ਆ, ਉਹ ਤਾਂ ਸਾਨੂੰ ਪਤਾ ਵਾ ਕਨਾ ਡੇਸੀ ਵਾਲੇ ਜੋ ਸੰਤ ਹੈਗੇ ਨੇ ਇੱਥੇ ਦੇ, ਲੇਕਿਨ ਇਹ ਬਿਲਡਿੰਗ, ਇਹ ਜੋ ਗੁਰਦੁਆਰਾ ਵਾ, ਮੇਰੇ ਖਿਆਲ ਨਾਲ ਇੱਕੋ ਚੀਜ਼ ਹੋਣੀ ਆ। ਇਸ ਪਿੰਡ ਦਾ ਜਾਂ
ਕੋਈ ਇਹਨਾਂ ਦੀ ਸੰਗਤ ਸਾਨੂੰ ਦੇਖ ਰਹੀ ਹੋਣੀ ਹੈ ਤਾਂ ਉਹ ਕਮੈਂਟ ਕਰਕੇ ਦੱਸੇ। ਬਾਕੀ ਇਹ ਏਰੀਆ ਦੇਖੋ ਕਿੰਨਾ ਸਾਫ਼ ਸੁਥਰਾ ਵਾ, ਇਹ ਪਿੰਡ ਬਹੁਤ ਵਧੀਆ ਲੱਗਿਆ ਮੈਨੂੰ। ਇੱਦਾਂ ਦੇ ਹੋਣੇ ਚਾਹੀਦੇ ਪਿੰਡ। ਤੁਹਾਨੂੰ ਫਿਲਹਾਲ ਪਿੰਡ ਦਿਖਾ ਦਈਏ, ਅੱਗੇ ਪੈਟਰੋਲ ਪੰਪ ਵੀ ਆ। ਗ੍ਰੇਟ, ਆਹ ਕੀ ਚੀਜ਼ ਆ ਵੀ, ਇੱਕ ਹੋਰ ਗੁਰਦੁਆਰਾ ਸਾਹਿਬ ਆ ਗਿਆ। ਚਲੋ ਇਹ ਵੀ ਦੇਖਦੇ ਹਾਂ। ਦੱਸੋ ਜੀ ਫਿਰ ਕੀ ਹੈ ਇਹ ਜਗ੍ਹਾ ਦਾ ਨਾਮ, ਆਈ ਮੀਨ ਜ਼ੂਮ ਕਰਕੇ ਦਿਖਾਉਣਾ। ਕੇ ਆ ਅਤੇ ਕੇ ਆ ਜਗ੍ਹਾ ਦਾ ਨਾਮ ਦੱਸੋ ਜੀ, ਜਿਹਨੂੰ ਪਤਾ ਇਸ ਜਗ੍ਹਾ ਦਾ ਨਾਮ ਕੀ ਹੈ ਜੀ। ਅਤੇ ਦੋਸਤੋ ਇੱਕ ਵਾਰ ਤੁਸੀਂ ਫੋਟੋ ਦੇਖੀ ਹੋਣੀ ਆ ਆਪਣੇ ਚੈਨਲ 'ਤੇ ਵੀ, ਮੈਂ ਪਾਈ ਸੀ ਕੁਛ ਸਾਲ ਪਹਿਲਾਂ, ਇੱਕ ਸਾਲ ਦੋ ਸਾਲ ਪਹਿਲਾਂ, ਇੱਕ ਵਿਆਹ 'ਤੇ ਬਾਬਾ ਜੀ ਆਏ ਸੀ ਕਿਸੇ ਦੇ, ਉੱਧਰ ਜਿਹੜੀ ਇੱਕ ਵੀਡੀਓ ਇੱਕ ਮਾਡਲ ਟਾਊਨ ਦੀ ਹੈਗੀ ਹੈ, ਉੱਥੇ ਗੁਰਦੁਆਰਾ ਸਾਹਿਬ ਇੱਕ ਮਾਡਲ ਟਾਊਨ ਦੀ ਵੀਡੀਓ ਮੈਂ ਪਾਈ ਸੀ ਜਿੱਥੇ ਬਾਬਾ ਜੀ ਆਏ ਸੀ, ਤੁਸੀਂ ਦੇਖੀ ਹੋਣੀ ਆ, ਜ਼ਿਲ੍ਹਾ ਜਲੰਧਰ। ਤਾਂ ਉਹ ਜਿਨ੍ਹਾਂ ਦਾ ਵਿਆਹ ਸੀਗਾ ਉਹ ਇੱਥੇ ਦੇ ਸੰਤ ਨੇ। ਵਿਊ ਦੇਖੋ ਕਿੰਨਾ ਵਧੀਆ ਆ ਰਿਹਾ ਦਰੱਖਤਾਂ ਦਾ, ਜੋ ਦਰੱਖਤ ਲੱਗੇ ਹੋਏ ਨੇ। ਤਾਂ ਤੁਸੀਂ ਪਿੰਡ ਵੀ ਦੇਖ ਲਿਆ, ਰੋਕਣੀ ਸੀ ਮੈਂ ਕਿਤੇ ਗੱਡੀ। ਦਰਖਤ ਬੜੇ ਨੇ, ਰਸਤਾ ਦੇਖੋ ਕਿੰਨਾ ਬਿਊਟੀਫੁਲ ਲੱਗ ਰਿਹਾ ਵਾ, ਓਨਲੀ ਬਿਕੋਜ਼ ਆਫ ਟ੍ਰੀਸ। ਓ ਇਹ ਵੀ ਕਿਸੇ ਜੰਨਤ ਤੋਂ ਘੱਟ ਨਹੀਂ ਹੈਗਾ ਰੂਟ। ਸਤਸੰਗ ਘਰ ਇੱਥੇ ਕਿੱਥੇ ਆਸ ਪਾਸ? ਜਿਹੜੀ ਜਠੇਰੇ ਨੇ ਇਹ ਬਹੁਤ ਇਹਨਾਂ ਇੱਥੇ ਬਹੁਤ ਇੱਦਾਂ ਹੀ ਜਗ੍ਹਾ ਬਣੀਆਂ ਹੋਈਆਂ ਨੇ ਜਠੇਰੀਆਂ ਦੀਆਂ, ਅੱਗੇ ਪਿੱਛੇ ਰਸਤਿਆਂ ਦੇ ਵਿੱਚ। ਔਰ ਕਿੰਨਾ ਵੱਡਾ ਰਸਤਾ ਹੈ, ਸਪੀਡ ਅਪ ਕਰਦਾ ਮੈਂ ਇੱਕ ਮਿੰਟ। ਤੁਸੀਂ ਸਿਮਰਨ ਕਰ ਸਕਦੇ ਹੋ, ਤਾਂ ਦੋਸਤੋ ਉੱਦਣ ਜਦੋਂ ਮੈਂ ਆਇਆ ਸੀ ਤਾਂ ਮੈਨੂੰ ਕੋਈ ਕੰਮ ਪੈ ਗਿਆ ਸੀ, ਤਾਂ ਹੁਣ ਮੈਂ 3-4 ਦਿਨ ਬਾਅਦ ਆਇਆ ਵਾ ਇੱਥੇ, ਮੈਂ ਸੋਚਿਆ ਵੀਡੀਓ ਕੰਪਲੀਟ ਕਰੀਏ। ਤਾਂ ਉੱਦਣ ਦੋਸਤੋ ਮੇਰੀ ਜਿਹੜੇ ਸੈਕਰੇਟਰੀ ਸਾਹਿਬ ਨੇ ਇੱਥੇ ਦੀ,
ਇੱਥੇ ਦੇ ਜੋ ਸੈਕਰੀਟਰੀ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ ਤਾਂ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਸੀ, ਅਤੇ ਹੋਰਾਂ ਨਾਲ ਵੀ ਕੁਝ ਸੇਵਾਦਾਰਾਂ ਨਾਲ ਵੀ ਗੱਲ ਹੋਈ ਸੀ, ਅਤੇ ਇੱਕ ਗਾਰਡ ਜੀ ਹੈਗੇ ਨੇ ਜੋ ਸੰਤਾਂ ਦੇ ਨਾਲ ਰਹਿੰਦੇ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ। ਅਤੇ ਦੋਸਤੋ ਅੰਦਰੋਂ ਮੈਂ ਦੇਖਿਆ ਸੀ ਬਹੁਤ ਵਧੀਆ, ਮਤਲਬ ਇੱਥੇ ਡੇਰਾ ਜੋ ਗੁਰਦੁਆਰਾ ਸਾਹਿਬ ਅੰਦਰੋਂ ਬਹੁਤ ਵਧੀਆ ਹੈਗਾ ਵਾ। ਉਸ ਟਾਈਮ ਕਾਫੀ ਉਸ ਦਿਨ ਕਾਫੀ ਸੰਗਤ ਆਈ ਹੋਈ ਸੀਗੀ, ਤੁਸੀਂ ਸ਼ਾਇਦ ਵੀਡੀਓ ਵਿੱਚ ਦੇਖਿਆ ਹੋਣਾ ਬਾਹਰੋਂ ਬਾਹਰੋਂ ਜੋ ਬਣਾਈ ਆ, ਸ਼ਾਇਦ ਬਣਾਈ ਪਤਾ ਨਹੀਂ ਬਣਾਈ ਮੈਂ, ਅਤੇ ਅੰਦਰੋਂ ਤਾਂ ਤੁਹਾਨੂੰ ਪਤਾ ਵੀਡੀਓ ਅਲਾਊਡ ਨਹੀਂ ਸੀਗੀ ਤਾਂ ਕਰਕੇ ਅੰਦਰੋਂ ਫਿਰ ਸਹੀ ਨਹੀਂ ਲੱਗਦਾ। ਫੋਨ ਮੇਰੇ ਕੋਲ ਸੀਗਾ ਲੇਕਿਨ ਨਹੀਂ, ਤੁਹਾਨੂੰ ਪਤਾ ਅੱਜ ਤੱਕ ਆਪਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕਰੀਦਾ ਕਿ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ, ਹੈ ਨਾ। ਉਸੂਲਾਂ ਦੀ ਉਲੰਘਣਾ ਆਪਾਂ ਕਦੇ ਕੀਤੀ ਨਾ ਹੀ ਆਪਾਂ ਕਰਾਂਗੇ। ਤਾਂ ਕਿਹੋ ਜਿਹਾ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਤੁਸੀਂ ਦੱਸ ਸਕਦੇ ਹੋ। ਬਾਕੀ ਦੋਸਤੋ ਮੈਂ ਇੱਕ ਹੋਰ, ਜਦ ਦੋ ਡੇਰੇ ਹੋਰ ਦਿਖਾਏ ਸੀਗੇ ਆਪਾਂ ਨੇ, ਇੱਕ ਡੇਰਾ ਬਾਬਾ ਬੱਗਾ ਸਿੰਘ ਜੀ ਅਤੇ ਇੱਕ ਡੇਰਾ ਹੋਰ ਸੀਗਾ ਅੰਮ੍ਰਿਤਸਰ ਵੱਲ ਸੀਗਾ, ਅਤੇ ਉਹ ਵੀ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ। ਉੱਥੇ ਵੀ ਸੈਕਰੀਟਰੀ ਸਾਹਿਬ ਨਾਲ ਗੱਲ ਹੋਈ ਸੀ ਅਤੇ ਹੋਰ ਸੇਵਾਦਾਰਾਂ ਨਾਲ, ਉੱਥੇ ਤਾਂ ਕੁਛ ਕਈ ਆਪਣੇ ਚੈਨਲ ਨੂੰ ਵੀ ਦੇਖਦੇ ਸੀਗੇ ਉਹ ਕੁਛ ਸੇਵਾਦਾਰ, ਅਤੇ ਉਹਨਾਂ ਨੇ ਮੈਨੂੰ ਪਹੁੰਚਾਇਆ ਸੀਗਾ। ਤਾਂ ਉਹ ਵੀ ਤੁਸੀਂ ਵਲੌਗ ਦੇਖ ਸਕਦੇ ਹੋ, ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬੋਕਸ 'ਚ ਪਾ ਦੂੰਗਾ। ਮੈਨੂੰ ਉਹ ਯਾਦ ਆਇਆ ਕਿ ਉਹ ਵੀ ਵਲੌਗ ਬਣਾਇਆ ਸੀ ਆਪਾਂ ਨੇ, ਬਹੁਤ ਵਧੀਆ ਹੈਗਾ ਵਾ ਉਹ ਬਣਿਆ ਉਹ ਵਲੌਗ, ਮਤਲਬ ਸ਼ੋਰਟ ਵਿੱਚ ਹੀ ਬਣਿਆ ਵਾ ਵਲੌਗ, ਕਿਉਂਕਿ ਉੱਥੇ ਵੀ ਵੀਡੀਓਗ੍ਰਾਫੀ ਅੰਦਰੋਂ ਅਲਾਊਡ ਨਹੀਂ ਸੀਗੀ। ਹਾਲਾਂਕਿ ਮੇਰੇ ਕੋਲ ਅੰਦਰੋਂ ਵੀ ਵੀਡੀਓਜ਼ ਪਈਆਂ ਨੇ ਲੇਕਿਨ ਮੈਂ ਪਾਈਆਂ ਨਹੀਂ ਹੈਗੀਆਂ, ਉਹਨਾਂ ਸਾਹਮਣੇ ਬਣਾਈਆਂ ਸੀਗੀਆਂ ਮੈਂ ਸੇਵਾਦਾਰਾਂ ਸਾਹਮਣੇ। ਜਦ ਉਹ ਕਹਿਣਗੇ, ਜਦ ਹੁਕਮ ਹੋਊਗਾ ਤਾਂ ਆਪਾਂ ਅਪਲੋਡ ਆਪਣੇ ਚੈਨਲ 'ਤੇ ਅਪਲੋਡ ਕਰ ਦੇਵਾਂਗੇ। ਲੇਕਿਨ ਉਹਨਾਂ ਦੀ ਜੋ ਡੇਰੇ ਦੀ ਆਲਰੇਡੀ ਪਿਕਸ ਜਾਂ ਫੋਟੋ ਵੀਡੀਓਜ਼ ਪਹਿਲਾਂ ਦੀਆਂ ਯੂਟਿਊਬ 'ਤੇ ਪਈਆਂ ਹੋਈਆਂ ਨੇ, ਲੇਕਿਨ ਆਪਾਂ ਨੇ ਇਸ ਚੀਜ਼ ਦਾ ਧਿਆਨ ਰੱਖਿਆ ਵਾ, ਕਿਉਂਕਿ ਜਿਵੇਂ ਕਹਿੰਦੇ ਆ ਕਿਸੇ ਹੋਰ ਦਾ ਡੇਰਾ ਵਾ ਤਾਂ ਸੋਚਣਾ ਪੈਂਦਾ, ਕਾਫੀ ਗੱਲਾਂ ਸੋਚਣੀਆਂ ਪੈਂਦੀਆਂ ਨੇ। ਤਾਂ ਠੀਕ ਆ ਜੀ, ਫਿਰ ਨਵੇਂ ਦੋਸਤ ਸਬਸਕ੍ਰਾਈਬ ਕਰ ਸਕਦੇ ਆ। ਟੇਕ ਕੇਅਰ, ਬਾਏ ਬਾਏ। ਜਲੰਧਰ 10 ਆ ਜੀ, ਫਿਰ ਕਿਹੜਾ ਦੋਸਤ ਆ ਇਸ ਏਰੀਏ ਦੇ ਆਸ ਪਾਸ ਉਹ ਦੱਸ ਸਕਦਾ ਜੀ ਕਮੈਂਟ ਕਰਕੇ। ਬੋਰਡ ਦੇ ਸਕਦੇ ਤੁਸੀਂ ਜਲੰਧਰ 10 ਦਾ, ਆਹ ਸਤਸੰਗ ਘਰ ਅੰਦਰੋਂ ਸ਼ੈੱਡ ਦਿਖ ਰਿਹਾ, ਸਤਸੰਗ ਘਰ ਦੀ ਬੱਸ ਖੜ੍ਹੀ ਆ ਜਲੰਧਰ 10। ਦੱਸੋ ਫਿਰ ਕਿਹੜਾ ਦੋਸਤ ਆ ਇੱਥੇ ਦਾ। ਇਹ ਵੀ ਬਹੁਤ ਸਾਫ਼ ਸੁਥਰਾ ਵਾ ਸੈਂਟਰ, ਹਰਿਆਲੀ ਬਹੁਤ ਹੈ ਇੱਥੇ। ਸਾਹਮਣੇ ਆਹ ਵਾ ਪੈਟਰੋਲ ਪੰਪ, ਸਿੱਧਾ ਸੜਕ ਜਾਂਦੀ ਹੈ, ਕਿਤੇ ਕੰਮ ਆਇਆ ਸੀ।